ਸਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਅਮਿਤ ਰਜਿੰਦਲ ਜਿਸ ਵਿੱਚ ਤੁਸੀਂ ਤਿਆਰੀ ਕਰ ਰਹੇ ਹੋ UGC NET, NTET, Master Carder ਪੰਜਾਬੀ, HSPSC, TGT ਪੰਜਾਬੀ ਤੇ ਹੋਰ ਪੰਜਾਬੀ ਦੇ ਇਮਤਿਹਾਨਾਂ ਦੀ ਤਿਆਰੀ ਉਮੀਦ ਕਰਦਾ ਕਿ ਮੇਰੇ ਦੁਆਰਾ ਅਪਲੋਡ ਕੀਤੀ ਗਈ ਵੀਡੀਓਜ਼ ਤੁਹਾਨੂੰ ਜ਼ਰੂਰ ਵਧੀਆ ਲੱਗ ਰਹੀਆਂ ਹੋਣਗੀਆਂ ਤੇ ਤੁਹਾਨੂੰ ਬਹੁਤ ਸਾਰੀ ਮਦਦ ਆ ਜੋ ਇਹਨਾਂ ਤੋਂ ਮਿਲ ਰਹੀ ਹੋਵੇਗੀ ਤੇ ਇਸੇ ਤਰ੍ਹਾਂ ਇਸ YouTube ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਜੁੜੇ ਰਹੋ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਪਿਆਰੇ ਵਿਦਿਆਰਥੀਓ ਆਧੁਨਿਕ ਕਵੀਆਂ ਦੇ ਨਾਲ ਸੰਬੰਧਿਤ ਵੀਡੀਓ ਚੱਲ ਰਹੀਆਂ ਨੇ ਇਹਨਾਂ ਵੀਡੀਓਜ਼ ਦੇ ਵਿੱਚ 25 30 ਜਾਂ 20 ਪ੍ਰਸ਼ਨ ਸ਼ਾਮਲ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਇਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਕਿਹੜੇ-ਕਿਹੜੇ ਕਵੀ ਦੇ ਕਿਹੜੇ ਕਾਵ ਸੰਗ੍ਰਹਿ ਨੇ ਤੇ ਉਸ ਕਾਵ ਸੰਗ੍ਰਹਿ ਦੇ ਵਿੱਚ ਜੋ ਕਿਹੜੀਆਂ-ਕੜੀਆਂ ਰਚਨਾਵਾਂ ਨੇ ਤੇ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਤਾਂ ਉਹਦੇ ਵਾਸਤੇ ਮੈਂ ਵੀਡੀਓਜ਼ ਨੇ ਜੋ ਪਹਿਲਾਂ ਹੀ ਅਪਲੋਡ ਕਰ ਚੁੱਕਿਆ ਹਾਂ ਤੁਸੀਂ ਪਲੇਲਿਸਟ ਖੋਲ ਕੇ ਆਧੁਨਿਕ ਕਵੀਆਂ ਦੇ ਨਾਲ ਸੰਬੰਧਿਤ ਵੀਡੀਓਜ਼ ਜੀ ਜ਼ਰੂਰ ਦੇਖੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਪਹਿਲਾ ਪ੍ਰਸ਼ਨ ਹੈ ਜੀ ਇਹਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦਾ ਜੀਵਨ ਕਾਲ ਸੀ ਤਾਂ ਸ਼ਿਵ ਕੁਮਾਰ ਜੀ ਦਾ ਜੀਵਨ ਕਾਲ ਸੀ ਜੀ 1937 ਤੋਂ ਲੈ ਕੇ 1973 ਈਸਵੀ ਤੱਕ ਪ੍ਰਾਪਤੀਆਂ ਸੀ ਜੋ ਕਰੀਆਂ ਸੀ ਕਵਿਤਾ ਦੇ ਖੇਤਰ ਦੇ ਵਿੱਚ ਆਪਣਾ ਨਾਮ ਨਖਟਿਆ ਸੀ ਦੂਜਾ ਪ੍ਰਸ਼ਨ ਹੈ ਜੀ ਆਪ ਦੀ ਰਚਨਾ ਨੂੰ ਕਿਸ ਰਚਨਾ ਨੂੰ ਤੇ ਕਦੋਂ ਭਾਰਤੀ ਸਾਇਤ ਅਕਾਦਮੀ ਸਨਮਾਨ ਪ੍ਰਾਪਤ ਹੋਇਆ ਤਾਂ ਇਹਨਾਂ ਦਾ ਮਹਾਕਾਵ ਸੀ ਉਸੀ ਉਹਦਾ ਨਾਮ ਹੈ ਲੂਨਾ ਉਹਨੂੰ 1967 ਈਸਵੀ ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਸਨਮਾਨ ਹੈ ਜੋ ਪ੍ਰਾਪਤ ਹੋਇਆ ਸੀ ਤੀਜਾ ਪ੍ਰਸ਼ਨ ਹੈ ਜੀ ਤਾਂ ਇਸ ਮਹਾਕਾਵ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਔਰਤ ਨੂੰ ਜੋ ਪੂਰਾ ਪੂਰਾ ਨਿਆਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤੀਜਾ ਪ੍ਰਸ਼ਨ ਹੈ ਜੀ ਆਰਥਿਕ ਹਫਤਾ ਕਿਸ ਦੀ ਰਚਨਾ ਹੈ ਤਾਂ ਆਰਥਿਕ ਹਫਤਾ ਜੋ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਇਹ ਚੌਥਾ ਪ੍ਰਸ਼ਨ ਹੈ ਜੀ ਪੀੜਾਂ ਦਾ ਪਰਾਗਾ ਲਾਜਵੰਤੀ ਅੱਟੇ ਦੀਆਂ ਚਿੜੀਆਂ ਕਿਸ ਦੇ ਕਾਵ ਸੰਗ੍ਰਹਿ ਹਨ ਤਾਂ ਇਹ ਕਾਵ ਸੰਗ੍ਰਹਿ ਨੇ ਜੀ ਸ਼ਿਵ ਕੁਮਾਰ ਬਟਾਲਵੀ ਦੇ ਪੰਜਵਾਂ ਪ੍ਰਸ਼ਨ ਹੈ ਜਗੇ ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਵਿਰਹਾ ਦਾ ਕਵੀ ਕਿਹਾ ਜਾਂਦਾ ਜੀ ਸ਼ਿਵ ਕੁਮਾਰ ਬਟਾਲਵੀ ਨੂੰ ਅੱਗੇ ਜੀ 6ਵਾਂ ਪ੍ਰਸ਼ਨ ਸ਼ਿਵ ਕੁਮਾਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਇਹਨਾਂ ਦਾ ਜਨਮ ਹੋਇਆ ਸੀ ਜੀ 8 ਅਕਤੂਬਰ 1937 ਈਸਵੀ ਨੂੰ ਬੜਾ ਪਿੰਡ ਲੋਟਿਆ ਦੇ ਵਿੱਚ ਸਿਆਲਕੋਟ ਪਾਕਿਸਤਾਨ ਦੇ ਵਿੱਚ ਹੋਇਆ ਸੀ ਇਹਨਾਂ ਦਾ ਜੋ ਪਰਿਵਾਰ ਸੀ ਦੇਸ਼ ਵੰਡ ਤੋਂ ਬਾਅਦ ਭਾਰਤ ਦੇ ਵਿੱਚ ਆ ਕੇ ਰਹਿਣ ਲੱਗਿਆ ਸੀ ਤੇ ਬਟਾਲੇ ਦੇ ਵਿੱਚ ਆ ਕੇ ਰਹਿਣ ਲੱਗੇ ਸੀ ਜਿਸ ਕਰਕੇ ਇਹਨਾਂ ਦੇ ਨਾਮ ਦੇ ਪਿੱਛੇ ਬਟਾਲਵੀ ਸ਼ਬਦਾ ਜੋ ਉਹ ਜੁੜ ਗਿਆ ਸੱਤਵਾਂ ਪ੍ਰਸ਼ਨ ਹੈ ਜੀ ਮੈਂ ਤੇ ਮੈਂ ਆਰਤੀ ਤੇ ਅਲਵਿਦਾ ਕਿਸ ਦੇ ਕਾਵ ਸੰਗ੍ਰਹਿ ਹਨ ਤਾਂ ਇਹ ਵੀ ਤਿੰਨੇ ਜੋ ਕਾਵ ਸੰਗ੍ਰਹਿ ਹਨ ਸ਼ਿਵ ਕੁਮਾਰ ਬਟਾਲਵੀ ਦੇ ਕਾਵ ਸੰਗ੍ਰਹਿ ਨੇ ਇਹ ਅੱਠਵਾਂ ਪ੍ਰਸ਼ਨ ਹੈ ਜੀ ਸ਼ਿਵ ਕੁਮਾਰ ਬਟਾਲਵੀ ਕਿਸ ਦੌਰ ਦੇ ਕਵੀ ਸਨ ਤਾਂ ਸ਼ਿਵ ਕੁਮਾਰ ਬਟਾਲਵੀ ਜੀ ਤੀਸਰੇ ਦੌਰ ਦੇ ਕਵੀ ਸਨ ਨੋਮਾ ਪ੍ਰਸ਼ਨ ਨ ਪੰਜਾਬੀ ਦਾ ਸ਼ੈਲੇ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਤਾਂ ਬਹੁਤ ਵੱਡਾ ਸਨਮਾਨ ਹੈ ਜੋ ਸ਼ਿਵ ਕੁਮਾਰ ਬਟਾਲਵੀ ਨੂੰ ਮਿਲਿਆ ਸੀ ਉਹਨਾਂ ਨੂੰ ਪੰਜਾਬੀ ਦਾ ਸ਼ੈਲੇ ਵੀ ਕਿਹਾ ਜਾਂਦਾ ਸੀ ਜੋ ਸਨਮਾਨ ਅੰਗਰੇਜ਼ੀ ਸਾਹਿਤ ਦੇ ਵਿੱਚ ਇੱਕ ਕਵੀ ਸ਼ੈਲੇ ਨੂੰ ਮਿਲਿਆ ਹੋਇਆ ਉਹੀ ਸਨਮਾਨ ਜੋ ਪੰਜਾਬੀ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਮਿਲਿਆ ਹੋਇਆ 10ਵਾਂ ਪ੍ਰਸ਼ਨ ਹੈ ਜਗੇ ਸ਼ਿਵ ਕੁਮਾਰ ਦਾ ਸਬੰਧ ਕਿਸ ਧਾਰਾ ਨਾਲ ਸੀ ਸ਼ਿਵ ਕੁਮਾਰ ਸੀ ਜੋ ਉਹ ਰੋਮਾਂਟਿਕ ਕਾਵ ਧਾਰਾ ਦੇ ਨਾਲ ਸਬੰਧਤ ਸੀ ਤੇ ਤੀਸਰੇ ਦੌਰ ਦੇ ਕਵੀ ਸੀ 11ਵਾਂ ਪ੍ਰਸ਼ਨ ਜੇ ਮੇਰੇ ਰਾਮ ਜੀਓ ਕੰਡਿਆਲੀ ਥੋਰ ਬਿਰਹੋ ਦੀ ਰੜਕ ਰਚਨਾਵਾਂ ਕਿਸ ਦੀਆਂ ਹਨ ਇਹ ਰਚਨਾਵਾਂ ਵੀ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ 12ਵਾਂ ਪ੍ਰਸ਼ਨ ਜਗੇ ਸ਼ਿਵ ਕੁਮਾਰ ਬਟਾਲਵੀ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਤਾਂ ਪਿਆਰੇ ਵਿਦਿਆਰਥੀਓ ਜਿਸ ਤਰ੍ਹਾਂ ਪੇਪਰ ਦੇ ਵਿੱਚ ਪ੍ਰਸ਼ਨ ਪੁੱਛੇ ਜਾਂਦੇ ਨੇ ਉਸੇ ਹੀ ਹਿਸਾਬ ਦੇ ਨਾਲ ਪ੍ਰਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਮੀਦ ਕਰਦਾ ਕਿ ਤੁਹਾਨੂੰ ਕੋਸ਼ਿਸ਼ ਜ਼ਰੂਰ ਵਧੀਆ ਲੱਗੇਗੀ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ਿਵ ਕੁਮਾਰ ਦਾ ਪਹਿਲਾ ਕਾਵ ਸੰਗ੍ਰਹਿ ਜੋ 1960 ਈਸਵੀ ਦੇ ਵਿੱਚ ਆਇਆ ਸੀ ਜਿਹਦਾ ਨਾਮ ਹੈ ਪੀੜਾਂ ਦਾ ਪ੍ਰਾਗਾ ਇਸ ਤਰ੍ਹਾਂ ਕੁੱਲ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਪਹਿਲਾ ਜੋ ਕਾਵ ਸੰਗ੍ਰਹਿ ਉਹ ਪ੍ਰਕਾਸ਼ਿਤ ਹੋ ਚੁੱਕਿਆ ਸੀ 13ਵਾਂ ਪ੍ਰਸ਼ਨ ਹੈ ਜੀ ਸ਼ਿਵ ਕੁਮਾਰ ਦਾ ਆਖਰੀ ਕਾਵ ਸੰਗ੍ਰਹਿ ਕਿਹੜਾ ਹੈ ਇਹਨਾਂ ਦਾ ਆਖਰੀ ਕਾਵ ਸੰਗ੍ਰਹਿ ਹੈ ਮੈਂ ਤੇ ਮੈਂ ਜੋ 1971 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਉਹਨਾਂ ਦੀ ਮੌਤ ਹੋ ਤਾ ਸਿਰਫ 2 ਸਾਲ ਪਹਿਲਾਂ 14ਵਾਂ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਕਿਸ ਨਾਮ ਹੇਠ ਸ਼ਿਵ ਕੁਮਾਰ ਬਟਾਲਵੀ ਦੀਆਂ ਅਨਛੱਪੀਆਂ ਕਵਤਾਵਾਂ ਪ੍ਰਕਾਸ਼ਿਤ ਕੀਤੀਆਂ ਨੇ ਤਾਂ ਇਹਦਾ ਸਿਰਲੇਖ ਹੈ ਜੀ ਅਲविदा ਇਹ 1974 ਈਸਵੀ ਦੇ ਵਿੱਚ ਅਲविदा ਸਿਰਲੇਖ ਦੇ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਅਨਛੱਪੀਆਂ ਕਵਤਾਵਾਂ ਨੇ ਜੋ ਪ੍ਰਕਾਸ਼ਿਤ ਕੀਤੀਆਂ ਨੇ ਤਾਂ ਬੜਾ ਹੀ ਧਿਆਨ ਦੇ ਨਾਲ ਸਮਝਣ ਵਾਲਾ ਪ੍ਰਸ਼ਨ ਹੈ ਇਹ 15ਵਾਂ ਪ੍ਰਸ਼ਨ ਹੈ ਜੀ ਸ਼ਿਵ ਕੁਮਾਰ ਬਟਾਲਵੀ ਦੇ ਕਾਪ ਸੰਗ੍ਰਹਿਾਂ ਦੇ ਨਾਮ ਤਾਂ ਇਹਨਾਂ ਦੇ ਕਾਪ ਸੰਗ੍ਰਹਿ ਨੇ ਜੀ ਪੀੜਾਂ ਦਾ 1960 ਪਹਿਲਾ ਕਾਪ ਸੰਗ੍ਰਹਿ ਹੈ ਲਾਜਵੰਤੀ 1961 ਦੇ ਵਿੱਚ ਆਟੇ ਦੀਆਂ ਚਿੜੀਆਂ 1962 ਮੈਨੂੰ ਵਿਦਾ ਕਰੋ 1963 ਬਿਰਹਾਤੂ ਸੁਲਤਾਨ 1964 ਦਰਦਮੰਦਾਂ ਦੀਆਂ ਆਹੀ 1964 ਦੇ ਵਿੱਚ ਤੇ ਲੂਣਾ 1965 ਦੇ ਵਿੱਚ ਮੈਂ ਤੇ ਮੈਂ 1971 ਦੇ ਵਿੱਚ ਇਹ ਸਾਰੇ ਕਾਪ ਸੰਗ੍ਰਹਿ ਸ਼ਿਵ ਕੁਮਾਰ ਬਟਾਲਵੀ ਦੇ ਤੇ ਸ਼ਿਵ ਕੁਮਾਰ ਬਟਾਲਵੀ ਦੀ ਪਤਨੀ ਦਾ ਨਾਮ ਸੀ ਅਰੂਣਾ ਅਰੂਣਾ ਬਟਾਲਵੀ 16ਵਾਂ ਪ੍ਰਸ਼ਨ ਜੇ ਕੰਡਿਆਲੀ ਥੋਰ ਅਤੇ ਗਮਾਂ ਦੀ ਰਾਤ ਕਵਤਾਵਾਂ ਕਿਸ ਕਾਵ ਸੰਗ੍ਰਹਿ ਦੇ ਵਿੱਚ ਦਰਜ ਨੇ ਤੇ ਇਹ ਦੋਵੇਂ ਰਚਨਾਵਾਂ ਨੇ ਜੋ ਪੀੜਾਂ ਦਾ ਪ੍ਰਾਗਾ ਕਾਵ ਸੰਗ੍ਰਹਿ ਦੇ ਵਿੱਚ ਦਰਜ ਨੇ ਜੋ ਕਿ 1960 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ 17ਵਾਂ ਪ੍ਰਸ਼ਨ ਜਗੇ ਲਾਜਵੰਤੀ 1961 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਵ ਸੰਗ੍ਰਹਿ ਵਿੱਚ ਦਰਜ ਕੋਈ ਚਾਰ ਗੀਤਾਂ ਦੇ ਨਾਮ ਲਿਖੋ ਤਹੇ ਗੀਤ ਨੇ ਜੀ ਸਈਓ ਨੀ ਸਈਓ ਜਿੱਥੇ ਇਤਰਾ ਦੇ ਵਗਦੇ ਨੇ ਚੌ ਪੂਰੇ ਦੀਏ ਪੌਨੇ ਮਾਈ ਨਿਮਾਈ ਵਾਸਤਾ ਈ ਮੇਰਾ ਇਹ ਸਾਰੇ ਜੋ ਗੀਤ ਨੇ ਲਾਜਵੰਤੀ ਕਾਵ ਸੰਗ੍ਰਹਿ ਦੇ ਵਿੱਚ ਦਰਜ ਨੇ ਲਾਜਵੰਤੀ ਕਾਵ ਸੰਗ੍ਰਹਿ ਜੋ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ ਅਗਿਆ ਜੀ 18ਵਾਂ ਪ੍ਰਸ਼ਨ ਹੈ ਸ਼ਿਵ ਕੁਮਾਰ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਇਹਨਾਂ ਦੀ ਮਾਤਾ ਜੀ ਦਾ ਨਾਮ ਸੀ ਸ਼੍ਰੀਮਤੀ ਸ਼ਾਂਤੀ ਤੇ ਪਿਤਾ ਦਾ ਨਾਮ ਸੀ ਪੰਡਿਤ ਗੋਪਾਲ ਕ੍ਰਿਸ਼ਨ ਜਾਂ ਪੰਡਿਤ ਕ੍ਰਿਸ਼ਨ ਗੋਪਾਲ 19ਵਾਂ ਪ੍ਰਸ਼ਨ ਹੈ ਜੀ ਅਗੇ ਸ਼ਿਵ ਕੁਮਾਰ ਦੀ ਮੌਤ ਤੋਂ ਬਾਅਦ ਚੌਨਵਿਆ ਕਵਤਾਵਾਂ ਦੇ ਕਿਹੜੇ ਕਿਹੜੇ ਸੰਗ੍ਰਹਿ ਪ੍ਰਕਾਸ਼ਿਤ ਹੋਏ ਨੇ ਤਾਂ ਉਹਦੇ ਵਿੱਚ ਹੋਏ ਨੇ ਜੀ ਇਹਨਾਂ ਦੇ ਚੌਨਵਿਆ ਕਵਤਾਵਾਂ ਦੇ ਸੰਗ੍ਰਹਿ ਨਿਆਸਾਂ ਤਾਂ ਜੋਬਨ ਰੁੱਤੇ ਮਰਨਾ ਆਰਤੀ ਬਿਰਹਾੜਾ ਤੇ ਸੋਗ 20ਵਾਂ ਪ੍ਰਸ਼ਨ ਹੈ ਜੀ ਦੁੱਖ ਟਿੱਡੀਦਲ ਸੰਗ੍ਰਾਂਦ ਰਚਨਾਵਾਂ ਕਿਸ ਦੀਆਂ ਹਨ ਇਹ ਸਾਰੀਆਂ ਰਚਨਾਵਾਂ ਨੇ ਸ਼ਿਵ ਕੁਮਾਰ ਬਟਾਲਵੀ ਦਾ ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਰਚਨਾ ਜਿਹਦਾ ਨਾਮ ਹੈ ਵਿਦਵਾ ਰੁੱਥ ਇਹ ਵੀ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਵਿਦਵਾ ਰੁੱਥ ਇਹ ਵੀ ਕਵਿਤਾ ਜੋ ਬਹੁਤ ਮਹੱਤਵਪੂਰਨ ਹੈ ਅੱਗੇ ਜੀ 21ਵਾਂ ਪ੍ਰਸ਼ਨ ਹੈ ਸ਼ਿਵ ਕੁਮਾਰ ਬਟਾਲਵੀ ਦਾ ਦੇਹਾਂਤ ਕਦੋਂ ਹੋਇਆ ਇਹਨਾਂ ਦਾ ਦੇਹਾਂਤ ਹੋਇਆ ਸੀ 7 ਮਈ 1973 ਈਸਵੀ ਦੇ ਵਿੱਚ ਜਨਮ ਹੋਇਆ ਸੀ 37 ਦੇ ਵਿੱਚ ਤੇ ਮੌਤ ਹੋਈ ਸੀ ਇਹਨਾਂ ਦੀ 73 ਦੇ ਵਿੱਚ ਤਾਂ ਇਹ ਦੋ ਡਿਜੀਟ ਨੇ ਇੰਟਰਚੇਂਜ ਨੇ ਇਹ ਧਿਆਨ ਰੱਖਣਾ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੇ ਕਿਸ ਕਾਵ ਸੰਗ੍ਰਹਿ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨ ਪ੍ਰਾਪਤ ਹੋਇਆ ਤਾਂ ਇਹ ਉਹਨਾਂ ਦਾ ਕਾਵ ਸੰਗ੍ਰਹਿ ਸੀ ਜੀ ਆਟੇ ਦੀਆਂ ਚਿੜੀਆਂ ਜਿਸ ਨੂੰ 1962 ਈਸਵੀ ਦੇ ਵਿੱਚ ਭਾਸ਼ਾ ਵਿਭਾਗ ਵੱਲੋਂ ਸਨਮਾਨ ਪ੍ਰਾਪਤ ਹੋਇਆ ਅੱਗੇ ਜੀ ਤੇ ਇਹ ਮਾ ਪ੍ਰਸ਼ਨ ਸਿਕਲੀਗਰ ਬਨਵਾਸੀ ਰਾਖਦਾਨੀ ਮੀਲ ਪੱਥਰ ਆਧ ਰਚਨਾਵਾਂ ਕਿਸ ਕਵੀ ਦੀਆਂ ਹਨ ਇਹ ਰਚਨਾਵਾਂ ਨੇ ਜੀ ਆਟੇ ਦੀਆਂ ਚਿੜੀਆਂ ਕਾਵ ਸੰਗ੍ਰਹਿ ਦੇ ਵਿੱਚ ਦਰਜ ਕਵੀ ਦਾ ਨਾਮ ਹੈ ਸ਼ਿਵ ਕੁਮਾਰ ਬਟਾਲਵੀ 24ਵਾਂ ਪ੍ਰਸ਼ਨ ਜਗੇ ਸ਼ਿਵ ਕੁਮਾਰ ਦੇ ਕਾਵਿਨਾਟਕ ਦਾ ਕੀ ਨਾਮ ਹੈ ਤਾਂ ਇਹਨਾਂ ਦੇ ਕਾਵਿਨਾਟਕ ਦਾ ਨਾਮ ਹੈ ਲੂਨਾ ਜਿਸ ਨੂੰ ਭਾਰਤੀ ਸਹਿਇਤ ਅਕਾਦਮੀ ਸਨਮਾਨ ਵੀ ਪ੍ਰਾਪਤ ਹੋ ਚੁੱਕਿਆ ਹੈ ਇਸੇ ਹੀ ਕਾਵਿਨਾਟਕ ਦੇ ਵਿੱਚ ਉਹਨਾਂ ਨੇ ਜੋ ਇਹਦੀ ਪਾਤਰ ਹੈ ਲੂਨਾ ਉਸ ਨੂੰ ਪੂਰਾ ਨਿਆਹ ਦੀਵਾਨ ਦੇ ਕੋਸ਼ਿਸ਼ ਕੀਤੀ ਗਈ ਹੈ ਸ਼ਿਵ ਕੁਮਾਰ ਬਟਾਲਵੀ ਦੇ ਦੁਆਰਾ ਇਹ ਵੀ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ 25ਵਾਂ ਤੇ ਅਖੀਰਲਾ ਪ੍ਰਸ਼ਨ ਹੈ ਜੀ ਇਸ ਵੀਡੀਓ ਦੇ ਵਿੱਚ 25ਵਾਂ ਪ੍ਰਸ਼ਨ ਹੈ ਸਾਹਿਤ ਰਚਨਾ ਦੇ ਪੱਖ ਤੋਂ ਸ਼ਿਵ ਕੁਮਾਰ ਬਟਾਲਵੀ ਦਾ ਸੁਨਹਿਰੀ ਸਮਾਂ ਕਿਹੜਾ ਸੀ ਤਾਂ ਰਚਨਾ ਦੇ ਪੱਖ ਤੋਂ ਸ਼ਿਵ ਕੁਮਾਰ ਬਟਾਲਵੀ ਦਾ ਸੁਨਹਿਰੀ ਕਾਲ ਸੀ 19 ਤੋਂ ਲੈ ਕੇ 1968 ਤੱਕ ਜੋ ਇਹ 8 ਸਾਲ ਦਾ ਸਮਾਂ ਸੀ ਇਹ ਸ਼ਿਵ ਕੁਮਾਰ ਬਟਾਲਵੀ ਦਾ ਸੁਨਹਿਰੀ ਸਮਾਂ ਸੀ ਇਹ ਸੀ ਪਿਆਰੇ ਵਿਦਿਆਰਥੀਓ ਰਚਨਾ ਸ਼ਿਵ ਕੁਮਾਰ ਜਾਣਕਾਰੀ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਇਹਨਾਂ ਦੇ ਕਿਹੜੇ ਸ੍ਰਾਫ ਸੰਗ੍ਰਹਿ ਦੇ ਵਿੱਚ ਕਿਹੜੀਆਂ ਰਚਨਾਵਾਂ ਦਰਜ ਨੇ ਉਹਦੇ ਲਈ ਸਬੰਧਤ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਧੁਨਿਕ ਕਵੀਆਂ ਨਾਲ ਸਬੰਧਤ ਵੀਡੀਓਜ਼ ਖੋਲ ਕੇ ਤੁਸੀਂ ਉਹਨਾਂ ਨੂੰ ਵੀ ਪੂਰੀ ਜਾਣਕਾਰੀ ਪ੍ਰਾਪਤ ਕਰੋ ਤੇ ਆਧੁਨਿਕ ਕਵੀਆਂ ਨਾਲ ਸੰਬੰਧਿਤ ਮੌਕ ਟੈਸਟ ਨੰਬਰ 25, 26 ਅਤੇ 27 ਨੇ ਜ਼ਰੂਰ ਦੇਖੋ ਉਹਨਾਂ ਨੂੰ ਵੀ